ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਲੀਡਰ ਸਾਹਿਬ ਹੁਣ ਸਾਡੇ ਇਸ ਸੈਗਮੈਂਟ ਵਿੱਚ ਸਾਡੇ ਦਰਸ਼ਕਾਂ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ ਸਿੱਖ ਹਿਸਟਰੀ ਦੇ ਹਵਾਲੇ ਨਾਲ 1920 'ਚ ਅੱਜ ਦੇ ਦਿਨ ਪੰਜਾਬ ਸਾਹਿਬ ਦਾ ਕੰਟਰੋਲ ਗੁਰਦੁਆਰਾ ਪੰਜਾਬ ਸਾਹਿਬ ਦਾ ਤੱਤ ਖਾਲਸਾ ਨੂੰ ਮਿਲਿਆ ਜੀ ਹਾਲਾਂਕਿ ਝਗੜਾ ਫਿਰ ਵੀ ਚੱਲਦਾ ਰਿਹਾ 1949 'ਚ ਭਾਰਤ ਦੀ ਸਰਕਾਰ ਨੇ ਪੈਪਸੂ ਜਿਹੜਾ ਪਟਿਆਲਾ ਐਂਡ ਈਸਟਰਨ ਪੰਜਾਬ ਸਟੇਟਸ ਯੂਨੀਅਨ ਉਹਦਾ ਕੰਟਰੋਲ ਸੰਭਾਲ ਲਿਆ 1966 ਦੇ ਵਿੱਚ ਦਮਦਮਾ ਸਾਹਿਬ ਜਿਹਨੂੰ ਅਸੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਅੱਜ ਕਹਿੰਦੇ ਹਾਂ ਇਹਨੂੰ 1966 ਦੇ ਵਿੱਚ ਪੰਜਵਾਂ ਤਖ਼ਤ ਐਲਾਨਿਆ ਗਿਆ ਸੀ ਉਦੋਂ ਤੱਕ ਚਾਰ ਤਖ਼ਤ ਹੀ ਸਿੱਖਾਂ ਦੇ ਮੰਨੇ ਜਾਂਦੇ ਸੀ ਪਰ ਕੁਛ ਸਿਆਸੀ ਰੀਜ਼ਨ ਸਨ ਔਰ ਕੁਛ ਉਹਦਾ ਉਹਨਾਂ ਨੇ ਰਿਪੋਰਟ ਵਗੈਰਾ ਕਮੇਟੀ ਬਣਾਈ ਹੋਈ ਸੀ ਉਹਨੂੰ ਆਧਾਰ ਬਣਾ ਕੇ ਦਮਦਮਾ ਸਾਹਿਬ ਪੰਜਵਾਂ ਤਖ਼ਤ ਐਲਾਨਿਆ ਗਿਆ ਹੁਣ ਅਸੀਂ ਪੰਜ ਤਖ਼ਤ ਮੰਨਦੇ ਹਾਂ 1982 'ਚ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਸੋ ਇੱਕ ਫੈਸਲਾ ਜਿਹੜਾ ਉਹਨਾਂ ਦੀ ਕੋਰ ਕਮੇਟੀ ਨੇ ਕੀਤਾ ਕਿ ਅਕਾਲੀ MLA ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਰਾਜ ਸਭਾ ਦੇ ਉਹ ਸਾਰੇ ਅਸਤੀਫਾ ਦੇਣ ਸੋ ਬਹੁਤ ਸਾਰਿਆਂ ਨੇ ਉਹ ਚਾਹੁੰਦੇ ਨਹੀਂ ਸੀ ਅਸਤੀਫੇ ਦੇਣੇ ਪਰ ਇੰਨਾ ਕੁ ਦਬਾਅ ਸੰਤ ਪਿੰਡਾਂ ਵਾਲਿਆਂ ਦਾ ਔਰ ਸਿੱਖ ਸੰਗਤਾਂ ਦਾ ਬਣਿਆ ਸੀ ਕਿ ਅਸਤੀਫੇ ਉਹਨਾਂ ਨੇ ਦੇ ਦਿੱਤੇ ਪਰ ਡੇਟ ਹੋਰ 2 ਮਹੀਨੇ ਦੀ ਪਾ ਕੇ ਔਰ ਕੁਛ ਤੋਂ ਉਹਨੇ ਫਿਰ ਸਪੀਕਰ ਨੇ ਕਿਹਾ ਜੀ ਅਸੀਂ ਨਹੀਂ ਮਨਜ਼ੂਰ ਕਰਦੇ ਪਰ ਬਾਅਦ 'ਚ ਅਸੈਂਬਲੀ ਡਿਜ਼ੋਲਵ ਕਰ ਦਿੱਤੀ ਸੀ ਉਹਨਾਂ ਨੇ ਪੰਜਾਬ ਦੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1477 ਦੇ ਵਿੱਚ ਪਹਿਲੀ ਅੰਗਰੇਜ਼ੀ ਦੀ ਛਪੀ ਜਿਹੜੀ ਕਿਤਾਬ ਹੈ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਉਹ ਸੀ ਡਿਕਟਸ ਐਂਡ ਸੇਇੰਗਸ ਆਫ ਫਿਲੋਸਫਰਸ ਇਹ ਇੰਗਲੈਂਡ ਦੇ ਵਿੱਚ ਪ੍ਰਕਾਸ਼ਿਤ ਹੋ 1477 'ਚ ਔਰ ਮੈਂ ਦੇਖ ਰਿਹਾ ਸੀ 1469 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ ਯਾਨੀ ਅੰਦਾਜ਼ਾ ਲਾਓ ਵੀ ਧਰਤੀ ਦਾ ਉਸ ਖਿੱਤੇ ਦਾ ਕੀ ਹਾਲ ਸੀ ਅਤੇ ਇੱਥੇ ਉਸ ਤੋਂ 8 ਸਾਲ ਬਾਅਦ ਇੰਗਲੈਂਡ ਦੇ ਵਿੱਚ ਪ੍ਰਿੰਟਿੰਗ ਪ੍ਰੈਸ ਸੀ ਜਿਵੇਂ ਛਾਪਾਖਾਨੇ ਵਾਲੀ ਜਿਹਦੇ 'ਚ ਉਹਨਾਂ ਨੇ ਪਹਿਲੀ ਕਿਤਾਬ ਇੰਗਲੈਂਡ ਦੇ ਵਿੱਚ ਛਾਪੀ ਅਤੇ ਇੰਡੀਆ ਨੇ ਕੀ ਮੁਕਾਬਲਾ ਕਰਨਾ ਯੂਰਪ ਦਾ ਜੀ 1497 ਦੇ ਵਿੱਚ ਵਾਸਕੋਡੀ ਗਾਮਾ ਜਿਹੜਾ ਉਹ ਕੇਪ ਦੇ ਵਿੱਚ ਕੇਪ ਆਫ ਗੁੱਡ ਹੋਪ 'ਚ ਪਹੁੰਚ ਗਿਆ 1909 ਦੇ ਵਿੱਚ ਅਮਰੀਕਨ ਫੌਜਾਂ ਨੇ ਨਿਕਾਰਾਗੁਆ ਦੇ ਉੱਤੇ ਧਾਵਾ ਬੋਲਿਆ 1912 'ਚ ਐਲਬਾਨੀਆ ਨੇ ਆਪਣੇ ਆਪ ਨੂੰ ਜਿਹੜਾ ਉਹ ਓਟੋਮਨ ਅੰਪਾਇਰ ਤੋਂ ਜਿਹੜਾ ਅਲੱਗ ਆਜ਼ਾਦ ਦੇਸ਼ ਐਲਾਨਿਆ 1939 'ਚ IRA ਨੇ ਆਇਰਿਸ਼ ਰਿਪਬਲਿਕਨ ਆਰਮੀ ਨੇ ਲੰਡਨ ਦੀ ਪਿਕਾਡਲੀ ਸਰਕਸ ਚੱਲ ਰਹੀ ਸੀ ਉਹਦੇ 'ਚ 3 ਬੰਬ ਚਲਾਏ 1956 'ਚ ਮੋਰਾਕੋ ਜਿਹੜਾ ਉਹ ਇੱਕ ਆਜ਼ਾਦ ਮੁਲਕ ਬਣਿਆ 1976 ਦੇ ਵਿੱਚ ਸਪੇਨ ਦੇ ਦੀ ਪਾਰਲੀਮੈਂਟ ਨੇ ਇਹ 37 ਸਾਲ ਬਾਅਦ ਇਹ ਪਾਸ ਕੀਤਾ ਕਿ ਜੀ ਅਸੀਂ ਵਾਪਸ ਡੈਮੋਕ੍ਰੇਸੀ ਲਿਆ ਰਹੇ 1988 'ਚ ਅਮਰੀਕਾ ਨੇ US ਕਾਂਗਰਸ ਨੇ ਇਹ ਲਾਅ ਇੱਕ ਬਣਾਇਆ ਕਿ ਜਿਹੜੇ ਡਰੱਗ ਨਾਲ ਇਨਵੋਲਵ ਕੇਸ ਨੇ ਉਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਜਾ ਸਕਦੀ ਹੈ ਔਰ 2004 ਦੇ ਵਿੱਚ ਕਲਿੰਟਨ ਲਾਇਬ੍ਰੇਰੀ ਜਿਹੜੀ ਹੈ ਉਹ ਲਿਟਲ ਰੌਕ ਅਰਕਾਂਸਾਸ 'ਚ ਉਸ ਦਾ ਉਦਘਾਟਨ ਹੋਇਆ ਜਿਹਦੇ 'ਚ 2 ਮਿਲੀਅਨ ਫੋਟੋਆਂ ਨੇ ਅਤੇ 80 ਮਿਲੀਅਨ ਡਾਕੂਮੈਂਟ ਨੇ ਔਰ ਇਹਨਾਂ ਦੇ ਜਿੰਨੇ ਪ੍ਰੈਜ਼ੀਡੈਂਟ ਰਿਟਾਇਰ ਹੁੰਦੇ ਨੇ ਨਿਕਸਨ ਲਾਇਬ੍ਰੇਰੀ ਕਲਿੰਟਨ ਲਾਇਬ੍ਰੇਰੀ ਬੁਸ਼ ਲਾਇਬ੍ਰੇਰੀ ਫਿਰ ਉਸ ਪੀਰੀਅਡ ਨਾਲ ਸੰਬੰਧਿਤ ਪਿਕਚਰਸ ਡਾਕੂਮੈਂਟ ਰੱਖੇ ਜਾਂਦੇ ਨੇ ਸੋ ਕਲਿੰਟਨ ਲਾਇਬ੍ਰੇਰੀ ਦੇ ਵਿੱਚ ਹੀ ਜਿਹੜਾ 2 ਮਿਲੀਅਨ ਫੋਟੋਆਂ ਨੇ ਅਤੇ 80 ਮਿਲੀਅਨ ਡਾਕੂਮੈਂਟ ਨੇ 1 ਮਿਲੀਅਨ 'ਚ 10 ਲੱਖ ਹੁੰਦੇ ਨੇ ਹੁਣ ਅੱਗੇ ਗਿਣਤੀ ਲਾ ਲਓ ਕਿ ਵੀ ਹਿਸਟਰੀ ਦੀ ਇਹਨਾਂ ਨੂੰ ਕਿੰਨੀ ਫਿਕਰ ਹੈ ਕਿ ਭਵਿੱਖ ਲਈ ਕੀ ਕਰਨਾ ਅਤੇ ਅਸੀਂ ਆਪਣੀ ਉਹ ਆਰਕਾਈਵਸ ਲੁਟਵਾ ਵੀ ਲਈ ਅਤੇ ਅੱਗ ਵੀ ਲਵਾ ਲਈ ਅਤੇ ਹੋਰ ਕੀ ਹੋ ਰਿਹਾ ਨਾ ਪੜ੍ਹਨ ਦਾ ਸ਼ੌਕ ਹੈ ਨਾ ਲਿਖਣ ਦਾ ਸ਼ੌਕ ਜੀ ਬਿਲਕੁਲ ਡਾਕਟਰ ਸਾਹਿਬ ਸਾਡਾ ਅੱਜ ਦਾ ਸਵਾਲ ਹੈ ਨਾਨਾਵਤੀ ਕਮਿਸ਼ਨ ਨੇ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਖਿਲਾਫ ਹੋਈ ਹਿੰਸਾ ਦੀ ਪੜਤਾਲੀਆ ਰਿਪੋਰਟ ਗੁਜਰਾਤ ਦੀ ਚੀਫ ਮਿਨਿਸਟਰ ਨੂੰ ਸੌਂਪ ਦਿੱਤੀ ਹੈ ਲੀਡਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਦੇਖੋ ਇਹੀ ਨਾਨਾਵਤੀ ਹੈ ਜਿਹਨੇ ਰਾਜੀਵ ਗਾਂਧੀ ਸਮੇਤ ਸਾਰਿਆਂ ਨੂੰ ਆਫ ਦਾ ਹੁੱਕ ਕੀਤਾ 84 ਦੀ ਸਿੱਖ ਨਸਲਕੁਸ਼ੀ ਲਈ ਜੀ ਇਹਨੂੰ ਹੀ ਫਿਰ ਵਾਜਪਾਈ ਸਰਕਾਰ ਨੇ ਗੁਜਰਾਤ ਜਿਹੜਾ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਉਹਦੀ ਪੜਤਾਲ ਲਈ ਲਾਇਆ ਸਿੱਖ 30 ਸਾਲ ਤੋਂ ਉਡੀਕਦੇ ਨੇ ਇਨਸਾਫ ਹੁਣ 2002 ਨੂੰ ਬੀਤਿਆਂ 12 ਸਾਲ ਹੋ ਗਏ ਨੇ ਸੋ 12 ਸਾਲ ਇਹ ਪਹਿਲਾਂ ਪੜਤਾਲ ਹੀ ਕਰਦਾ ਰਿਹਾ ਨਾਨਾਵਤੀ ਕਿ ਕੀ ਹੋਇਆ ਕਿਉਂਕਿ ਇਹਨਾਂ ਦਾ ਸਮਝੌਤਾ ਹੈ ਕਾਂਗਰਸ ਨਾਲ ਵੀ ਤੁਸੀਂ ਉੱਧਰੋਂ ਰਾਜੀਵ ਗਾਂਧੀ ਜਾਂ ਕਿਸੇ ਨੂੰ ਨਾ ਛੇੜਿਓ ਅਤੇ ਇੱਧਰ ਅਸੀਂ ਤੁਹਾਨੂੰ ਨਹੀਂ ਛੇੜਦੇ ਹੁਣ ਇਹ ਰਿਪੋਰਟ 'ਚੋਂ ਕੀ ਕੱਢਣਾ ਜਦੋਂ ਤੱਕ ਸੀ ਹੁਣ ਉਹ ਜੇ ਅਮਿਤ ਸ਼ਾਹ ਆਫ ਦਾ ਹੁੱਕ ਹੈ ਜਿਹਨੇ ਮਾਰੇ ਨੇ ਉਹ ਪ੍ਰਧਾਨ ਮੰਤਰੀ ਬਣ ਗਿਆ ਤਾਂ ਨਿਕਲਣਾ ਕੀ ਹੈ ਪਰ ਇਹ ਇਹਨੂੰ ਕਹਿੰਦੇ ਨੇ ਅੰਗਰੇਜ਼ੀ 'ਚ ਕੁਇਡ ਪ੍ਰੋ ਕਿਊ ਕਾਂਗਰਸ ਔਰ BJP ਨੇ ਦੋਨਾਂ ਨੇ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਕਾਂਗਰਸ ਨੇ ਇਹਨਾਂ ਨੇ ਮੁਸਲਮਾਨਾਂ ਦੀ ਕੀਤੀ ਦੋਨਾਂ ਨੇ ਇੱਕੋ ਹੀ ਕਮਿਸ਼ਨ ਬਣਾਇਆ ਉਹਨਾਂ ਨੇ ਵੀ ਨਾਨਾਵਤੀ ਕਮਿਸ਼ਨ ਬਣਾਇਆ ਇਹਨਾਂ ਨੇ ਵੀ ਉਸੇ ਨੂੰ ਹੀ ਕਿਹਾ ਜੀ ਤੂੰ ਰਿਪੋਰਟ ਕਰ ਉਹਨਾਂ ਨੇ ਕਿਹਾ ਜੀ ਤੂੰ ਮੇਰਾ ਚੋਰ ਛੱਡ ਦੇ ਮੈਂ ਤੇਰਾ ਚੋਰ ਛੱਡ ਦਿੰਦਾ ਆਹ ਸਮਝੌਤਾ ਹੈ ਸੋ ਆਹ ਰਿਪੋਰਟ ਹੈ ਜੀ ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ
ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਦੋ ਸਲੋਕ ਚੁਣੇ ਨੇ ਜੀ, ਸਲੋਕ ਨੰਬਰ 116 ਤੇ 117। ਪਹਿਲਾ ਸਲੋਕ ਹੈ, ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਣਾ ਹੈ, ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ ਜੀ। ਜਾ ਲੈਣ, ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਣ, ਹੋਣ ਨਜ਼ਦੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਅਤੇ ਅਗਲਾ ਸਲੋਕ ਵੀ ਇਸੇ ਭਾਵ ਨਾਲ ਹੀ ਸੰਬੰਧਿਤ ਹੈ, ਸਬਰ ਇਹੋ ਸੁਆਓ ਜੇ ਤੂੰ ਬੰਦਾ ਦਿੜ ਕਰੈਂ, ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾੜਾ। ਇਹ ਲਹਿੰਦੀ ਪੰਜਾਬੀ ਦੇ ਸ਼ਬਦ ਨੇ ਕਿ ਜਿਸ ਦੇ ਅੰਦਰ ਸਬਰ ਹੈ ਉਹ ਹੀ ਸਬਰ ਨਾਲ, ਸਬਰ ਅਤੇ ਸਾਬਰ, ਸਬਰ ਅੰਦਰ ਸਾਬਰੀ, ਦੋਜ਼ ਹੂ ਆਰ ਪੇਸ਼ੈਂਟ ਅਬਾਈਡ ਇਨ ਪੇਸ਼ੈਂਟ, ਜਿਹਨਾਂ ਦੇ ਅੰਦਰ ਸਬਰ ਹੈ ਉਹ ਸਬਰ 'ਚ ਜੀਣਗੇ, ਉਹਨਾਂ ਦੇ ਦੀ ਜ਼ਿੰਦਗੀ 'ਚ ਸਬਰ ਹੋਏਗਾ। ਸਬਰ ਅੰਦਰ ਸਾਬਰੀ ਤਨ ਏਵੇਂ ਜਾ ਲੈਣ, ਇਹ ਕਿ ਆਪਣੇ ਸਰੀਰ ਨੂੰ ਸਾੜ ਲਏ, ਸਰੀਰ ਦਾ ਮੋਹ ਮਾਰ ਲਏ, ਸਰੀਰ ਦੀ ਜਿਹੜੀ ਕੋਈ ਵੀ ਖਿੱਚ ਹੈ ਉਹਨੂੰ ਖਤਮ ਕਰ ਦੇ, ਸਬਰ ਦੇ ਅੰਦਰ ਨਿਰੰਕਾਰ ਦੇ ਰਹਿ, ਅਤੇ ਜੇ ਤੂੰ ਇਵੇਂ ਰਹੇਗਾ ਹੋਣ ਨਜ਼ਦੀਕ ਖੁਦਾਏ ਦੇ। ਜਿਹੜੇ ਇਨਸਾਨ ਸਬਰ 'ਚ ਰਹਿੰਦੇ ਨੇ, ਸਬੂਰੀ 'ਚ ਜਿਉਂਦੇ ਨੇ, ਉਹ ਰੱਬ ਦੇ ਨੇੜੇ ਹੁੰਦੇ ਨੇ, ਹੋਣ ਨਜ਼ਦੀਕ ਖੁਦਾਏ ਦੇ, ਭੇਤ ਨਾ ਕਿਸੇ ਦੇਣ। ਪਰ ਉਹਨਾਂ ਨੇ ਕੋਈ ਚੋਲੇ ਨਹੀਂ ਪਾਏ ਹੁੰਦੇ, ਕੋਈ ਵੱਡੇ ਦਿਖਾਵੇ ਨਹੀਂ ਕੀਤੇ ਹੁੰਦੇ ਵੀ ਵੱਡੇ ਉਹ ਬ੍ਰਹਮ ਗਿਆਨੀ ਨੇ, ਉਹ ਆਪਣੇ ਰੱਬ ਦੇ ਨਜ਼ਦੀਕ ਹੋਣ ਦਾ ਭੇਤ ਵੀ ਕਿਸੇ ਨੂੰ ਨਹੀਂ ਦਿੰਦੇ, ਉਹ ਇਵੇਂ ਸਧਾਰਨ ਵਿਚਰਦੇ ਨੇ, ਪਰ ਉਹਨਾਂ ਦਾ ਦਿਲ ਰੱਬ ਦੇ ਨਾਲ ਜੁੜਿਆ ਹੁੰਦਾ, ਉਹ ਰੱਬ ਦੇ ਪਿਆਰ 'ਚ ਹੁੰਦੇ ਨੇ। ਔਰ ਅਗਲਾ ਸਲੋਕ ਵੀ ਇਹੀ ਹੈ ਕਿ ਭਾਈ ਸਬਰ ਇਹੋ ਸੁਆਓ ਕਿ ਜੇ ਤੂੰ ਜੀਵਨ ਦਾ ਪਰਪਜ਼ ਲੱਭਣਾ ਅਤੇ ਆਪਣੇ ਆਪ ਨੂੰ ਸਬਰ ਦੇ ਵਿੱਚ ਲੈ, ਜੇ ਤੂੰ ਬੰਦਾ ਦਿੜ ਕਰੇ ਕਿ ਜੇ ਤੂੰ ਰੱਬ ਦਾ ਬੰਦਾ ਬਣਨਾ ਤਾਂ ਫਿਰ ਸਬਰ ਨੂੰ ਆਪਣੇ ਅੰਦਰ ਇੰਪਲਾਂਟ ਕਰ ਲੈ, ਵੱਧ ਥੀਵੈ ਦਰਿਆਓ, ਜੇ ਤੇਰੇ ਅੰਦਰ ਸਬਰ ਹੈ ਤਾਂ ਤੂੰ ਵੱਧ ਕੇ ਇੱਕ ਦਰਿਆ ਵਾਂਗ ਖੁੱਲ੍ਹਾ ਡੁੱਲ੍ਹਾ ਔਰ ਉਸ ਆਨੰਦ ਨੂੰ ਮਾਣੇਗਾ, ਅਤੇ ਜੇ ਸਬਰ ਨਹੀਂ ਹੈ ਰੱਬ ਨਾਲੋਂ ਟੁੱਟੇਗਾ ਤਾਂ ਟੁੱਟ ਨਾ ਥੀਵੈ ਵਾੜਾ, ਵਾੜਾ ਹੁੰਦਾ ਛੋਟਾ ਨਾਲਾ ਸਟ੍ਰੀਮ, ਫਿਰ ਤੂੰ ਐਵੇਂ ਖਿਲਰ ਖੁੱਲਰ ਜਾਏਗਾ। ਜੇ ਤੂੰ ਅਧਿਆਤਮ ਦੀ ਦੁਨੀਆ 'ਚ ਉਸ ਦਰਿਆ ਵਾਂਗ ਬਣਨਾ ਕਿ ਜਿਹੜਾ ਵਿਸ਼ਾਲ ਹੈ, ਜਿਹੜਾ ਉਸ ਨਿਰੰਕਾਰ ਦੀ ਵਿਸ਼ਾਲਤਾ ਦਾ ਅਨੁਭਵ ਕਰ ਸਕਦਾ, ਅਤੇ ਫਿਰ ਸਬਰ ਇਹੋ ਸੁਆਓ, ਫਿਰ ਲੈਟ ਪੇਸ਼ੈਂਸ ਬੀ ਯੋਰ ਪਰਪਜ਼ ਇਨ ਲਾਈਫ, ਤੇਰੀ ਜ਼ਿੰਦਗੀ ਦਾ ਮਕਸਦ ਸਬਰ ਹੋਏ, ਸਿਦਕ ਹੋਏ, ਸਬੂਰੀ ਹੋਏ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕੋ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ, ਤੁਸੀਂ ਆਪਣੀ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ 'ਤੇ SOS@tv84.tv 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਭੰਡਾਰ ਸਾਹਿਬ ਨੂੰ ਆਗਿਆ ਦਿਓ ਅਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।